ਇੱਕ ਆਟੋ ਵਾਲੇ ਦੀ ਸ਼ਰੇਆਮ ਗੁੰਡਾਗਰਦੀ ਸਾਹਮਣੇ ਆਈ ਹੈ, ਜਿਸ ਨੇ ਕਿ ਇੱਕ ਟਰੈਕਟਰ ਚਾਲਕ ਦੇ ਘਰ ਦੇ ਉੱਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਬਾਜ਼ਾਰ ਦੇ ਵਿੱਚ ਕਾਫੀ ਜ਼ਿਆਦਾ ਭੀੜ ਸੀ ਅਤੇ ਆਟੋ ਵਾਲਾ ਸਵਾਰੀਆਂ ਲੈ ਕੇ ਅੱਗੇ ਖੜਾ ਸੀ ਅਤੇ ਪਿੱਛੋਂ ਟਰੈਕਟਰ ਵਾਲਾ ਜਦੋਂ ਪਹੁੰਚਦਾ ਤਾਂ ਟ੍ਰੈਫਿਕ ਹੋਣ ਕਰਕੇ ਜਦੋਂ ਉਹ ਆਟੋ ਵਾਲੇ ਨੂੰ ਹੌਰਨ ਮਾਰਦਾ ਤਾਂ ਆਟੋ ਵਾਲਾ ਕਾਫੀ ਗੁੱਸੇ ਦੇ ਵਿੱਚ ਆ ਜਾਂਦਾ। ਗੁੱਸੇ ਦੇ ਵਿੱਚ ਆਉਣ ਤੋਂ ਬਾਅਦ ਟਰੈਕਟਰ ਚਾਲਕ ਨੂੰ ਧਮਕੀਆਂ ਦੇ ਕੇ ਉੱਥੋਂ ਨਿਕਲ ਜਾਂਦਾ ਅਤੇ ਟਰੈਕਟਰ ਚਾਲਕ ਜੋ ਹੈ ਆਪਣੇ ਘਰ ਜਦੋਂ ਪਹੁੰਚਦਾ ਤਾਂ ਆਟੋ ਵਾਲਾ ਉਸਦੇ ਘਰ ਜਦੋਂ ਪਹੁੰਚਦਾ ਤਾਂ ਉਸਦੇ ਨਾਲ ਗੱਲਬਾਤ ਕਰਨ ਦੇ ਲਈ ਉਸਨੂੰ ਬਾਹਰ ਬੁਲਾਉਂਦਾ, ਪਰ ਬਾਹਰ ਬੁਲਾਉਂਦੇ ਸਾਰ ਹੀ ਟਰੈਕਟਰ ਚਾਲਕ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ। 30 ਤੋਂ 35 ਬਦਮਾਸ਼ਾਂ ਨੂੰ ਨਾਲ ਲੈ ਕੇ ਆਏ ਆਟੋ ਵਾਲੇ ਦੀ ਇਹ ਸ਼ਰੇਆਮ ਗੁੰਡਾਗਰਦੀ ਦੀਆਂ ਤਸਵੀਰਾਂ CCTV ਦੇ ਵਿੱਚ ਵੀ ਕੈਦ ਹੋ ਗਈਆਂ। ਹਾਰਨ ਮਾਰਨ ਦੇ ਪਿੱਛੇ ਕਿਹਾ ਜਾ ਰਿਹਾ ਕਿ ਸਾਰਾ ਹੀ ਵਿਵਾਦ ਹੋਇਆ। ਤਾਂ ਲੁਧਿਆਣਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਹਾਰਨ ਮਾਰਨ ਪਿੱਛੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ। ਦਰਅਸਲ ਤੁਹਾਨੂੰ ਦੱਸ ਦਈਏ ਕਿ ਇੱਕ ਆਟੋ ਵਾਲਾ ਜਦੋਂ ਬਾਜ਼ਾਰ ਦੇ ਵਿੱਚ ਖੜਾ ਸੀ ਤਾਂ ਭੀੜ ਕਾਫੀ ਜ਼ਿਆਦਾ ਸੀ, ਰੱਖੜੀ ਦਾ ਤਿਉਹਾਰ ਸੀ ਤਾਂ ਉਸਦੇ ਕਾਰਨ ਆਉਣਾ ਜਾਣਾ ਲੋਕਾਂ ਦਾ ਲੱਗਿਆ ਹੋਇਆ ਸੀ ਅਤੇ ਇਸੇ ਵਿਚਕਾਰ ਜਦੋਂ ਆਟੋ ਅੱਗੇ ਖੜਾ ਹੁੰਦਾ ਟਰੈਕਟਰ ਦੇ ਤਾਂ ਟਰੈਕਟਰ ਵਾਲੇ ਦੇ ਵੱਲੋਂ ਪਿੱਛੋਂ ਹੌਰਨ ਵਜਾਇਆ ਜਾਂਦਾ, ਜਿਸ ਤੋਂ ਬਾਅਦ ਆਟੋ ਵਾਲਾ ਗੁੱਸੇ ਦੇ ਵਿੱਚ ਆ ਜਾਂਦਾ ਅਤੇ ਪਹਿਲਾਂ ਤਾਂ ਟਰੈਕਟਰ ਵਾਲੇ ਨੂੰ ਧਮਕੀ ਦਿੰਦਾ ਕਿ ਉਹ ਉਸਨੂੰ ਦੇਖ ਲਵੇਗਾ। ਪਰ ਕੁਝ ਹੀ ਸਮੇਂ ਬਾਅਦ ਕਿਹਾ ਜਾ ਰਿਹਾ ਕਿ ਆਪਣੇ ਨਾਲ ਬਦਮਾਸ਼ਾਂ ਨੂੰ ਲੈ ਕੇ ਉਹ ਟਰੈਕਟਰ ਚਾਲਕ ਦੇ ਘਰ ਪਹੁੰਚ ਜਾਂਦਾ ਅਤੇ ਫਿਰ ਉਸਨੂੰ ਪਹਿਲਾਂ ਤਾਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ, ਕੁੱਟਮਾਰ ਕੀਤੀ ਜਾਂਦੀ ਹੈ ਉਸਦੇ ਨਾਲ ਅਤੇ ਉਸਦੇ ਘਰ ਦੇ ਉੱਤੇ ਜੋ ਬਦਮਾਸ਼ ਲੈ ਕੇ ਆਇਆ ਹੁੰਦਾ ਉਹ ਉਸਦੇ ਘਰ 'ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੰਦਾ। ਤਾਂ ਮੌਕੇ ਦੀਆਂ ਇਹ ਤਸਵੀਰਾਂ CCTV 'ਚ ਵੀ ਕੈਦ ਹੋਈਆਂ ਨੇ, ਜਿਸ 'ਤੇ ਸਾਫ਼ ਦੇਖਿਆ ਜਾ ਸਕਦਾ ਕਿ ਕੁਝ ਬਦਮਾਸ਼ ਜੋ ਨੇ ਉਹ ਨਜ਼ਰ ਆ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਇੱਕ ਘਰ ਦੇ ਉੱਤੇ ਇੱਟਾਂ ਰੋੜੇ ਵਰਾਏ ਜਾ ਰਹੇ ਨੇ। ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ। ਮੌਕੇ ਦੇ ਉੱਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ, ਆਲੇ ਦੁਆਲੇ ਲੱਗੇ CCTV ਫੁਟੇਜ ਖੰਗਾਲੇ ਜਾ ਰਹੇ ਨੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਾਈ ਆਟੋ ਵਾਲਾ ਸੀਗਾ ਇੱਕ, ਤੇ ਮੈਂ ਆ ਰਿਹਾ ਸੀਗਾ ਆਪਣਾ ਰੋਜ਼ ਦੀ ਤਰ੍ਹਾਂ ਕੰਮ ਤੋਂ, ਮੈਂ ਗੇੜਾ ਭਰ ਕੇ ਆ ਰਿਹਾ ਸੀਗਾ ਜੀ, ਮੈਂ ਆਪਣੀ ਗਲੀ 'ਚ ਗੇੜਾ ਲਾਉਣਾ। ਆਟੋ ਚਲਾਉਂਦੇ ਹੋ? ਨਹੀਂ ਨਹੀਂ ਭਾਈ, ਮੈਂ ਟਰੈਕਟਰ ਦਾ ਕੰਮ। ਅੱਛਾ, ਮੈਂ ਗੇੜਾ ਖਾਲੀ ਕਰਨਾ ਸੀ। ਉਹ ਮੂਹਰੇ ਆਟੋ ਸੀਗਾ ਜੀ ਉਹਦਾ, ਅਤੇ ਉਹਦੇ ਮਗਰ 3-4 ਬਾਈਕ ਵਾਲੇ ਸੀਗੇ, ਉਹਨਾਂ ਨੂੰ ਹਾਰਨ ਮਾਰਿਆ ਸੀ। ਉਹ ਨਾ ਟੈਂਟ ਟੂੰਟ ਲੱਗੇ ਹੋਈ ਤੇਤੀ ਵਟਾ ਰੋਡ 'ਤੇ ਰੱਖੜੀ ਕਰਕੇ, ਲੋਕਾਂ ਨੇ ਸਟਾਲ ਸਟੂਲ ਲਾਏ ਬਾਹਰ ਮੰਜੇ 'ਤੇ, ਉਹਦੇ ਕਰਕੇ ਜਾਮ ਲੱਗਿਆ ਸੀ। ਮੈਂ ਤਾਂ ਹਾਰਨ ਮਾਰਿਆ 2-3 ਵਾਰੀ, ਅਤੇ ਉਹ ਜਿਹੜਾ ਅੱਗੇ ਬੰਦਾ ਸੀ ਆਟੋ ਵਾਲਾ ਕਹਿੰਦਾ ਕੀ ਹਾਰਨ 'ਤੇ ਹਾਰਨ ਮਾਰੀ ਜਾਂਦਾ ਵਾ, ਅਤੇ ਉਹ ਨਿਕਲ ਕੇ ਜੀ ਆ ਗਿਆ ਗੱਡੀ 'ਚੋਂ ਬਾਹਰ, ਕਹਿੰਦਾ ਵੀ ਕੀ ਹਰਨ 'ਤੇ ਹਰਨ ਮਾਰੀ ਜਾਂਦਾ ਵਾ, ਅਤੇ ਆ ਕੇ ਜੀ ਮੇਰੇ ਗੁਲਾਮੇ ਨੂੰ ਆ ਗਿਆ ਸਿੱਧਾ, ਕਹਿੰਦਾ ਵੀ ਹੁਣ ਮੈਂ ਹਰਨ ਮਾਰ ਕੇ ਦਾਮਾ ਯਾਰ, ਕੋਈ ਗੱਲ ਨਹੀਂ ਭਰਾ ਹੁਣ ਨਹੀਂ ਮਾਰਦਾ, ਅਤੇ ਬਾਅਦ 'ਚ ਕਹਿੰਦਾ ਤਾਂ ਵੀ ਮਤਲਬ ਤੈਨੂੰ ਪਤਾ ਮੈਂ ਕਹਾਂ, ਮੈਂ ਕਿਹਾ ਵੀਰੇ ਨਹੀਂ ਮੈਨੂੰ ਨਹੀਂ ਪਤਾ, ਕਹਿੰਦਾ ਕੋਈ ਗੱਲ ਨਹੀਂ ਤੈਨੂੰ ਮੈਂ ਬਾਅਦ 'ਚ ਦੇ ਲੂੰਗਾ ਜੀ। ਫਿਰ ਮੈਂ ਆਹੀ ਜਿਹੜਾ ਆਪਦੇ ਗਲੀ ਦੇ ਨਾਲ ਦੀ ਗਲੀ ਚਲਾਉਣਾ ਸੀਗਾ, ਮੈਂ ਉੱਥੋਂ ਆਇਆ ਵਾਂ ਅਤੇ ਗਲੀ ਦੇ ਮੋੜ 'ਤੇ ਖੜੇ ਹੋਏ ਸੀ 4-5 ਜਣੇ ਲੈ ਕੇ ਉਹਨੂੰ, ਅਤੇ ਹੱਥ 'ਚ ਉਹਨਾਂ ਦੇ ਦਾਤਰ ਸੀਗੇ, ਅਤੇ ਦਾਤਰ ਉਹਨਾਂ ਨੇ ਵੀ ਟਰੈਕਟਰ 'ਤੇ ਵੀ ਮਾਰਿਆ ਜੀ, ਟਰੈਕਟਰ ਦੀ ਛੋਹ 'ਤੇ ਵੀ ਚੱਪਾ ਤਾ, ਅਤੇ ਮੇਰੇ ਵੀ ਮਾਰੇ ਜੀ, ਇੱਕ ਬੱਖੀ 'ਚ ਵੱਜਿਆ, ਅਤੇ ਉਹ ਇੱਟ ਮਾਰੀ ਉਹਨਾਂ ਨੇ ਬੱਖੀ 'ਚ, ਅਤੇ ਮੈਂ ਉੱਥੇ ਜੀ ਟਰੈਕਟਰ ਆਪਣਾ ਭਜਾ ਤਾ। ਮੇਰੇ ਨਾਲ ਇੱਕ ਮੁੰਡਾ ਸੀਗਾ ਜੀ 13-14 ਸਾਲ ਦਾ, ਉਹ ਟਰੈਕਟਰ ਸਿੱਖ ਰਿਹਾ ਮੇਰੇ ਤੋਂ, ਅਤੇ ਉਹ ਆਪਣੀ ਜਾਨ ਬਚਾ ਕੇ ਬਹੁਤ ਮੁਸ਼ਕਿਲ ਨਾਲ ਭੱਜਿਆ ਜੀ, ਉਹ ਮੇਰੇ ਘਰੇ ਵੜ ਗਿਆ ਜੀ ਬੇਟਾ। ਅਤੇ ਮਤਲਬ ਸਿਰਫ ਹੋਰਨ ਮਾਰਨ ਨੂੰ ਲੈ ਕੇ ਨਹੀਂ ਜਬਰਨ ਲਈ, ਅਤੇ ਉਹ ਜਿਹੜੇ ਤੁਸੀਂ ਕਹਿ ਰਹੇ ਹੋ ਤੁਹਾਡੇ ਘਰ ਬੰਦੇ ਨੇ ਹਮਲਾ ਕੀਤਾ, ਇੱਟ ਉੱਟ ਚਲਾਈਆਂ, ਉਹ ਕੌਣ ਸ਼ਖਸ ਸੀਗੇ ਪਤਾ ਤੁਹਾਨੂੰ? ਭਾਈ ਜਿਹੜਾ ਆਟੋ ਵਾਲਾ ਸੀਗਾ ਜੀ ਉਹੀ ਸੀਗਾ ਜੀ ਮੇਨ, ਉਹਦੇ ਨਾਲ ਬਾਕੀ ਜਾਣਦੇ ਹੋ ਤੁਸੀਂ ਉਹਨੂੰ ਪਹਿਲਾਂ? ਭਾਈ ਜਾਣਦਾ ਨਹੀਂ ਮੈਂ, ਪਹਿਲੀ ਵਾਰ 'ਚ ਇੱਦਾਂ ਹੋਇਆ? ਪਹਿਲੀ ਵਾਰ 'ਚ ਉਹਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ ਮੇਰੇ ਘਰ ਦਾ ਕਿਵੇਂ ਮੈਨੂੰ। ਅੱਛਾ, ਕਿੰਨੇ ਬੰਦੇ ਸੀਗੇ ਜੀ ਉਹਦੇ ਨਾਲ? ਜੀ ਅੱਛੇ ਬਾਵੇ ਨਾਲ 40-45 ਬੰਦੇ ਹੋਣੇ ਹਨ। ਅੱਛਾ, ਅਤੇ ਕੋਈ CCTV ਹੈ? CCTV ਹੈ। ਅੱਛਾ, ਅਤੇ ਹੁਣ ਤੁਹਾਡੇ ਸੱਟਾਂ ਲੱਗੀਆਂ? ਹਾਂਜੀ ਹਾਂਜੀ, ਮੇਰੇ ਵੀ ਲੱਗੀਆਂ, ਫਾਦਰ ਸਾਹਿਬ ਵੀ ਲੱਗਿਆ। ਮੈਨੂੰ ਕਹਿੰਦੇ ਮੈਂ ਗੱਲ ਕਰਨੀ ਆ ਤੇਰੇ ਨਾਲ, ਮੈਂ ਕਿਹਾ ਵੀਰੇ ਬਹਿ ਕੇ ਗੱਲ ਨਬੇੜ ਲਾ ਵੀ ਕਿਉਂ ਗੱਲ ਵਧਾਉਣੀ ਆ, ਜਾਂ ਤੇਰੇ ਘਰੇ ਮੈਂ ਇਕੱਲੇ ਜਾ ਕੇ ਗੱਲ ਕਰ ਲੈਂਦਾ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਧਮਕੀਆਂ ਧਮਕੀਆਂ ਉੱਤੇ? ਹਾਂਜੀ, ਪਹਿਲਾਂ ਦਿੱਤੀਆਂ ਹੀ ਧਮਕੀਆਂ, ਫਿਰ ਮੈਨੂੰ ਪਹਿਲਾਂ ਉਹਨੇ ਪਿਆਰ ਨਾਲ ਉਹਨੇ ਸੱਦ ਲਿਆ ਘਰ ਦੇ ਬਾਹਰ ਵੀ, ਆਪਣੇ ਘਰ ਦੇ ਬਾਹਰ ਆ ਜਾ। ਮੈਂ ਕਿਹਾ ਚਲੋ ਕੋਈ ਗੱਲ ਨਹੀਂ ਭਾਜੀ ਮੈਂ ਆ ਜਾਂਦਾ, ਅਤੇ ਮੈਂ ਘਰ ਦੇ ਬਾਹਰ ਆਇਆ ਜੀ। ਫਿਰ ਇੱਕ ਇੱਕ ਕਰਕੇ ਕਦੇ 4-5-8-10 ਇੱਦਾਂ ਮੁੰਡੇ ਕਰਕੇ ਜੀ 30-25-30 ਮੁੰਡੇ ਇਕੱਠੇ ਹੋ ਗਏ ਜੀ। ਠੀਕ ਹੈ, ਹੁਣ ਤੂੰ ਧਮਕੀਆਂ ਵੀ ਦਿੱਤੀਆਂ? ਹਾਂਜੀ, ਧਮਕੀਆਂ ਵੀ ਦਿੱਤੀਆਂ। ਪੁਲਿਸ ਨੂੰ ਜਾਣੂ ਕਰਾਇਆ? ਹਾਂਜੀ, ਜਾਣੂ ਕਰਾਇਆ।
ਅਤੇ ਹੁਣ ਤੁਹਾਡੇ ਸੱਟਾਂ 'ਚ ਕਿੰਨੀਆਂ ਲੱਗੀਆਂ? ਸੱਟਾਂ ਜੀ ਲੱਗੀਆਂ ਹੋਈਆਂ ਜੀ, ਕਾਫੀ ਗੁੱਝੀਆਂ ਸੱਟਾਂ ਲੱਗੀਆਂ ਨੇ ਫਾਦਰ ਸਾਹਿਬ ਦੇ ਜੀ, ਉਹਨਾਂ ਦੇ ਪੁੱਠਾ ਦਾਤ ਮਾਰਿਆ ਜੀ, ਗਹਿਰੀਆਂ ਸੱਟਾਂ। ਹਥਿਆਰ ਵੀ ਸੀ ਉਹਨਾਂ ਕੋਲ? ਹਥਿਆਰ ਸੀਗੇ, ਸਾਰੇ ਹਥਿਆਰਾਂ ਲੈਸ ਸੀਗੇ ਜੀ। ਅੱਛਾ, ਅਤੇ ਹੁਣ ਕੀ ਮੰਗ ਕਰਦੇ? ਹੁਣ ਮੰਗੀ ਇਨਸਾਫ਼।